ਇੱਕ ਮੈਚ ਹੋਰ ਕਾਲਵੀਰ ਬਣ ਗਿਆ, ਇੱਕ ਬੰਦਾ ਲੈ ਨਾਲ ਆਪਣਾ ਭਰਾ ਬਣ ਗਿਆ, ਤੇਰੇ ਵੀ ਥਾਂ ਬਤਾਉਣਾ ਸਾਡਾ ਹੁਣ ਆਪ ਆਪ ਆ ਗਿਆ ਨਾਲ ਸ਼ੁਰੂ ਹੋ ਰਹੀ ਹੋਈ ਰਮਣਾ ਭਾਸ਼ਣ ਅਮਰੂਡ ਵਾਲਾ ਪਰ ਥੋੜਾ ਜਿਹਾ ਢਿੱਲਾ ਲੱਗਦਾ ਪਰਮਾਤਮਾ ਵਾਲਾ ਰਮਣਾ ਰੋਣਾ ਗੱਲ ਕੀ ਹੈ ਦਿਲਾਂ ਦੀ ਦਵਾਈ ਵਾਲੇ ਦੋਸਤੋ ਪਰ ਸਾਹਮਣੇ ਮੁਕਾਬਲਾ ਚੋਟੀ ਵਾਲੇ ਦੀ ਜੀਵਨ ਪਹਿਲੀ ਪਾਰ ਪਾਲੀ ਕਹਿੰਦੇ ਛੰਗ ਦੀ ਧਰਤੀ ਬਣੀਆਂ ਨਾਮ ਹੈ ਆ ਪਾਰ ਚਾਰੇ ਵਾਲਾ 855 ਦਾ ਜੇਤੂ ਪਹਿਲੀ ਦੇ ਮੋਰ ਦਾ ਚੰਦਰ ਪਹਿਲੀ ਤੇ ਧਰਤੀ ਤੋਂ ਆਇਆ ਹਸਤੀਸ਼ ਕਹਿੰਦੇ ਨਾਮ ਹੈ ਹਸਤੀਸ਼ ਕਹਿੰਦੇ ਕੈਥਲ ਦੀ ਧਰਤੀ ਦਾ ਹਰਿਆਣੇ ਦਾ ਕਹਿੰਦੇ ਫੱਡਾ ਵਾਲਾ ਛੋਟੀ ਵਰਗ ਫੱਡਾ ਨਾਮ ਹੈ ਅਮੂ ਸਰਪੰਚ ਹੋਣੀ ਗੁਰਜਿੱਤ ਹੋਣੀ ਦੇਖਾਂਗੇ ਰਣ ਦੇਖਾਂਗੇ ਚਾਰ ਦੇ ਵੱਧ ਹੋ ਗਿਆ ਉਹ ਕਹਿੰਦੇ ਰਾਜੇ ਸਿੱਧੂ ਦਾ ਚਹੇਤਾ ਹੈ ਜਿਹੜਾ ਬਾਲਾ ਮਾਰਿਆ ਜਿਹਨੇ ਪਹਿਲੀ ਬਾਲ ਤੇ 855 ਮੋੜ ਦਿੱਤਾ ਨਾ ਉਹ ਦੇਖੋ ਰਾਜੇ ਸਿੱਧੂ ਦਾ ਚਹੇਤਾ ਹੈ ਜਿਹੜਾ ਬਾਲਾ ਕਰਦਾ ਹੈ ਉਧਰ ਦੇਖਾਂਗੇ ਉਹ ਕੈਥਰ ਸੀ ਕਹਿੰਦਾ ਬਈ ਗਰੀਬੀ ਦੇ ਦਿਨ ਬੜੇ ਦੇਖੇ ਆ ਪਰ ਕਹਿੰਦਾ ਹਰ ਟੀਮ ਅੰਬ ਗਰੀਬ ਨਹੀਂ ਛੱਡਣੀ ਜਿਹੜੇ ਕਹਿਣਗੇ ਉਹਨਾਂ ਜੀ ਖਿੜਨਾ ਜਿਹੜੇ ਕਹਿਣਗੇ ਉਹਨਾਂ ਜੀ ਖਿੜਨਾ ਅੱਜ ਦੀ ਤਰੀਕ ਦਾ ਬਹੁਤ ਵੱਡਾ ਸਟਾਰ ਹੈ ਕੈਥਰ ਵਾਲਾ ਸਤੀਸ਼ ਮੇਰੇ ਵੀਰੋ ਆਲ ਆਊਂਡਰ ਪੰਜਾਬ ਦੇ ਹਰਿਆਣੇ ਦਾ ਵੱਡਾ ਬਣ ਕੇ ਕਹਿੰਦੇ ਉੱਠਿਆ ਹਰ ਥੱਲੇ ਬਲੇ ਕੇ ਆਉਂਦਾ ਹਲ ਫੇਰ ਦੂਜੇ ਪਾਸੇ ਸਤੀਸ਼ ਹੈ ਗੱਲਾਂ ਹੁੰਦੀਆਂ ਪਰ ਪਾਲਾ ਵੱਡਾ ਬਹੁਤ ਵਧੀਆ ਕਰਦਾ ਪਿਛਲੇ ਸਾਲ ਇਸ ਥੋੜੀ ਧਰਤੀ ਦਾ ਕਹਿੰਦੇ ਬੈਸਟ ਰਿਹਾ ਜਿਹੜਾ ਬਾਲਾ ਕਰ ਰਿਹਾ ਨਾ ਕਲਿੰਗਾ ਨਾਮ ਹੈ ਸ਼ਾਂਗਾ ਖੁਰਦ ਦੀ ਧਰਤੀ ਹੈ ਪੰਡ ਦੇ ਕੋਲ ਵਸਿਆ ਹੋਇਆ ਪਿੰਡ ਹੈ ਉਹ ਬੱਲੇ 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 ਭਾਈ ਆਹ ਮੁੰਡਿਆਂ ਦੇ ਤਾੜੀਆਂ ਜ਼ੋਰਦਾਰ ਮਾਰਦੇ ਮੇਰੇ ਵੀਰੋ ਲਓ ਸਾਹਮਣੇ ਬੜਾ ਸਤੀਸ਼ ਕਹਿੰਦੇ ਕਮਾਲ ਕਰਦਾ ਹੋਇਆ ਹੈਗੇ ਦੇਖਾਂਗੇ ਫੇਰ ਛੇ ਆਪਣੇ ਹਿੱਸੇ ਜੋੜ ਦਿੱਤੇ ਹੈ ਦੂਜੇ ਪਾਸੇ ਮੁਕਾਬਲਾ ਚੁੱਕੀ ਦਾ ਪਹਿਲਾ ਮੌਸਮ ਖਰਾਬ ਹੈ ਪਰ ਸਵਾਲ ਜਿਹੜਾ ਕਦੇ ਕੁਝ ਵੱਖਰਾ ਹਜੇ ਬੱਲੇ ਕਬਰਾ ਕਦੇ ਬਣਿਆ ਹੋਇਆ ਰਣਕ ਬੰਡੀ ਲੱਗੀ ਹੋਈ ਹੈ ਟੀਮਾਂ ਕਹਿੰਦੇ ਚੋਟੀ ਵੀ ਬਣੀਆਂ ਹੋਈਆਂ ਲਓ ਸਾਹਮਣੇ ਬਾਅਦ ਫੇਰ ਰਵੀ ਪ੍ਰੀਤ ਦੇਖ ਲੈ ਕੋਚ ਸਾਵਾ ਸਾਡੇ ਕੋਚ ਸਾਵਾ ਰਾਜੂ ਭਰਾ ਸਾਡਾ ਕਹਿੰਦਾ ਹੈਪੀ ਦਾ ਹਰ ਇੱਕ ਛੱਕਾ ਰੁਪਈਆ 200 ਦਾ ਹੋਵੇਗਾ ਕੋਚ ਸਾਹਿਬ ਸਾਡੇ ਆਏ ਹੋਏ ਆ ਬਹੁਤ ਬੜਾ ਧੰਨਵਾਦ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਕਰਦੇ ਹਾਂ ਹੈਪੀ ਹੈਪੀ ਬਰਥਡੇ
ਆਓ ਸਾਹਮਣੇ ਖੇਲ ਹੀ ਕਦੇ ਪਾਸੋਂ ਗੋਰ ਆਸਟ੍ਰੇਲੀਆ ਵੱਲੋਂ ਕਦੇ ਪੈਦਾ ਹੋ ਗਿਆ ਸਕੋਪ ਸਿੰਗਰਪਾਲ ਇੱਕ ਵਾਰ ਵੀ ਬਣ ਗਿਆ ਇੱਕ ਉਧਰ ਵੀ ਬਣ ਗਏ ਕੋਚ ਸਾਹਿਬ ਖੜੇ ਆ ਕੋਚ ਸਾਹਿਬ ਦੀ ਚੰਗੀ ਟੀਮ ਹੈ ਜਿਹੜੀ ਕਦੇ ਖੇਡਦੀ ਹੈ ਵੱਡੇ ਕੱਪ ਦੇ ਹਰ ਫੈਸਲੇ ਹੁੰਦੇ ਆ ਪਰ ਸਾਹਮਣੇ ਹੱਪੀ ਦਾ ਹਰ ਇੱਕ ਛੱਕਾ ਦੂਸਰਾ ਪ੍ਰੀਤ ਕਹਿੰਦਾ ਜਿਹੜੇ ਥੱਲੇਵਾਰ ਹੋਣਗੇ ਰੁਕ ਜਾਓ ਪਰ ਬਾਲ ਪਾਰੀ ਕਰ ਸਕਦਾ ਉੱਧਰ ਦੇਖਾਂਗੇ ਚਾਟੇ ਦੀ ਬਾਲ ਪੈਣ ਜਾ ਰਹੀ ਹੈ ਲਓ ਦੂਜੇ ਪਾਸੇ ਦੇਖਾਂਗੇ ਰੱਤੇ ਹਿੜੇ ਆ ਗਏ ਨੇ ਬਾਲ ਦਾ ਸਾਹਮਣਾ ਕਰਨ ਲਈ ਤਿਆਰ ਪਰ ਤਿਆਰ ਹੈ ਲਓ ਜਾਂਟੇ ਦੀ ਬਾਲ ਉਹ ਦੇਖਾਂਗੇ ਉਧਰ ਤਗੜੀ ਬਾਲ ਜਿਹੜੀ ਜਾਂਟੇ ਨੇ ਕਰ ਦਿੱਤੀ ਹੈ ਰੱਤੇ ਹਿੜੇ ਵਾਲਿਆ ਸਿੰਗਲ ਲੈ ਗਏ ਉਹ ਕੈਥਣ ਵਾਲਾ ਸਾਹਮਣੇ ਕਰੇ ਨਾ ਸਵਾਦ ਫੇਰ ਆਉਣਾ ਉਹ ਕਹਿੰਦਾ ਮੈਂ ਇਕੱਲੇ ਇਕੱਲੇ ਦੇ ਝੱਗੇ ਦਾ ਮੇਚਾ ਲੈ ਲੈਣਾ ਉਹ ਪਰ ਸਾਹਮਣੇ ਮੇਲਾ ਫਾਟਾ ਟੀਮ ਕਦੇ ਮਿਲ ਗਈ ਦੂਜੇ ਪਾਸੇ ਵੀ ਫੰਡੀ ਬਣੀ ਹੋਈ ਹੈ ਲਓ ਸਾਹਮਣੇ ਪ੍ਰੀਤ ਬੜਾ ਕਮਾਲ ਕਰਦਾ ਹੈ ਤਾੜੀ ਮਾਰੋ ਜ਼ੋਰਦਾਰ ਬੱਲੇ ਲਾ ਦੇ ਦੇਖੋ ਸ਼ਾਕੇ ਵਾਲਾ ਮਲਿੰਗਾ ਸੋਹਣੀ ਫੀਲਡਿੰਗ ਆਪਣੇ ਕਹਿੰਦੇ ਕਰ ਗਿਆ ਹੈ ਉਹਦੇ ਜੀਵਨ ਦੇ ਰਮਨ ਬੈਠੇ ਆ ਸਲਾਹਾਂ ਕਰੀ ਜਾਂਦੇ ਆ ਸਵਾਲ ਕਦੋਂ ਵੱਖਰਾ ਕਿ ਸਾਨੂੰ ਠੱਗਰ ਦੋਸਤਾਂ ਤੇ ਕਹਿੰਦੇ ਯਾਰੀ ਸੜੀ ਦੇ ਚਰਚੇ ਰਾਜੇ ਖਿੱਲੇ ਸੌਰਵ ਦੀ ਸੱਚੇ ਯਾਰ ਨਹੀਂ ਜਾਂਦੇ ਪਰਖੇ ਰਾਜੇ ਖਿੱਲੇ ਸੌਰਵ ਦੀ ਸੱਚੇ ਯਾਰ ਨਹੀਂ ਜਾਂਦੇ ਪਰਖੇ ਉਹਦੇ ਭਰਾਵਾਂ ਤੋਂ ਬੰਦ ਕੇ ਤਿਆਰ ਹੈ ਉਧਰ ਦੇਖਾਂਗੇ ਅਗਲੀ ਬਾਲ ਕਹਿੰਦੇ ਜੰਟਾ ਫੇਰ ਕਰਨ ਲਈ ਤਿਆਰ ਪਰ ਤਿਆਰ ਹੈ ਉਹ ਆ ਗਿਆ ਕਹਿੰਦੇ ਸਤੀਸ਼ ਉਹ ਕੈਥਲ ਵਾਲਾ ਆ ਬਾਲ ਤੇ ਕੁਝ ਨਾ ਕੁਝ ਕੁਝ ਨਾ ਕੁਝ ਨਾ ਤਾੜੀ ਦਾ ਮਾਰੇ ਜ਼ੋਰਦਾਰ ਸਰਪੰਚਾ ਮੰਡਾ ਮਹਿੰਦੇ ਮੁੱਲ ਦਾ ਥੱਲੇ ਵਾਲੇ ਕਰਾਈ ਜਾਂਦਾ ਹੋ ਦੇਖਣਾ ਗੁਰਦਿੱਤਾ ਹਿਸ਼ਾ ਹਰ ਫੌਜੀ ਬਣ ਗਏ ਖੁਸ਼ ਹੈ ਹਰ ਜਗਰ ਬਣ ਗਏ ਖੁਸ਼ ਹੈ ਮੇਰੇ ਤੋਂ ਮੇਰੇ ਭਰਾ ਸਮਿਆ ਪਰ ਸਮੇਂ ਜੰਮੇ ਦੀ ਬਾਲ ਗੁਰਪਾਲ ਮੁੰਡਾ ਕੈਥਲ ਤੋਂ ਹਰਿਆਣੇ ਤੋਂ ਆਇਆ ਹਾਂ ਮੁੰਡਾ ਹਰਿਆਣੇ ਦਾ ਸ਼ੋਰਾ ਥੱਲੇ ਵਾਲੇ ਹਰਿਆਣੇ ਦਾ ਸ਼ੋਰਾ ਉਹ ਦੇਖਾਂਗੇ ਤਗੜੀ ਫੀਲਡਿੰਗ ਉਧਰ ਕਹਿੰਦੇ ਫਿਰੋਜ਼ ਪੁਰੀਆ ਚਿੱਲੀ ਕਰ ਗਿਆ ਉਹ ਦੇਖਾਂਗੇ ਉਹਨੇ ਸਿੰਗਲ ਨਹੀਂ ਲਿਆ ਉਹ ਕੈਥਣ ਵਾਲਾ ਕਹਿੰਦੇ ਅੱਜ ਦੇ ਟਾਈਮ ਦਾ ਬੈਸਟ ਹੈ ਸਭ ਤੋਂ ਮਹਿੰਗੇ ਮੁੱਲ ਦਾ ਖਿਡਾਰੀ ਹੈ ਉਹ ਦੇਖਾਂਗੇ ਅਗਲੀ ਬਾਲ ਕਹਿੰਦੇ ਜੱਟਾ ਫੇਰ ਕਰਨ ਲਈ ਵਧੇਗਾ ਲਓ ਦੂਜੇ ਪਾਸੇ ਦੇਖਾਂਗੇ ਹਰਿਆਣੇ ਵਾਲਾ ਆਇਆ ਜਿੱਥੇ ਕਹਿੰਦੇ ਆਹ ਬੱਲੇ ਬੱਲੇ ਕਢਾਈ ਹੈ ਤੇ ਅੱਜ ਕਦੇ ਪੰਜਾਬ ਚ ਪੁੱਜਿਆ ਲਓ ਜੱਟੇ ਦੀ ਬਾਲ ਉਹ ਦੇਖੋ ਸਾਹਮਣੇ 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 ਇੱਥੇ ਰੱਖ ਇੱਥੇ ਰੱਖ ਫੈਸਲੇ ਕੋਈ ਨਾ ਇਕੱਠੇ ਰਹੋ ਕੋਈ ਨਾ ਇਕੱਠੇ ਰਹੋ ਸੁਣੀ ਨਰਮਦਾ ਸਕੂਲ ਵੀ ਹੈ ਜੀ ਨੋਟ ਕਰ ਲਿਓ ਲਓ ਸਾਹਮਣੇ ਬਾਲ ਫੇਰ ਪੈਣ ਜਾ ਰਹੀ ਹੈ ਫੈਸਲੇ ਹੋ ਗਿਆ ਹੈ ਰਵੀ ਗੁਰਪਾਲ ਉਧਰ ਦੇਖਾਂਗੇ ਜਾਟਾ ਕਹਿੰਦੇ ਫੇਰ ਬਾਲ ਪਾਉਣ ਲਈ ਵਧੇਗਾ ਲਓ ਦੂਜੇ ਪਾਸੇ ਦੇਖਾਂਗੇ ਦੂਧ ਦਹੀਂ ਦਾ ਖਰਿਆਣ ਖਾਣਾ ਨੰਬਰ ਵਨ ਹਰਿਆਣਾ ਉਹ ਦੇਖਾਂਗੇ ਹਰਿਆਣੇ ਦਾ ਸ਼ੁਰਾ ਅਗਲੀ ਬਾਲ ਉਹ ਸਾਹਮਣੇ ਬੜਾ ਸਿਆਣਾ ਬੜਾ ਸਿਆਣਾ ਬੜਾ ਸਿਆਣਾ ਹਰਾਰੀ ਹੈ ਸਿੰਗਲ ਪਾ ਕੇ ਸਪਾਈਕ ਆਪਣੇ ਕੋਲ ਰੱਖਿਆ ਹੈ ਪਰ ਸਕੋਰ ਪੁੱਛਣਾ ਉਧਰ ਕਿੰਨੇ ਬਣ ਗਏ ਉਧਰ ਦੇਖਾਂਗੇ ਦੋ ਓਵਰ ਦੀ ਸਮਾਪਤੀ ਜਿਹੜੇ 28 ਸਕੋਰ ਬਣ ਗਏ ਹੈ ਅਗਲੇ ਓਵਰ ਦੀ ਸ਼ੁਰੂਆਤ ਕਹਿੰਦੇ ਸੁੱਖੀ ਕਰਨ ਲਈ ਤਿਆਰ ਪਰ ਤਿਆਰ ਹੈ ਸੁੱਖੀ ਨਾਮ ਕਹਿੰਦੇ ਕਾਸਕੋ ਦੇ ਵਿੱਚ ਬੜੇ ਪ੍ਰਸਿੱਧ ਹੋਏ ਹੈ ਇੱਕ ਕਹਿੰਦੇ ਕਵਾਮਾ ਵਾਲਾ ਸੁੱਖੀ ਹੋਇਆ ਹੈ ਇੱਕ ਕਹਿੰਦੇ ਸੁੱਖੀ ਕਹਿੰਦੇ
ਆਹ ਸਾਹਮਣੇ ਕਦੇ ਗੱਲਾਂ ਕਦੇ ਸੁੱਖੀ ਧੋਲਿਆਂ ਦੀਆਂ ਕਦੇ ਕਮਾਮਾਂ ਵਾਲੇ ਦੀਆਂ ਬੜੇ ਖਿਡਾਰੀ ਕਦੇ ਪੈਦਾ ਹੋਇਆ ਪਰ ਸੁੱਖੀ ਕਦੇ ਸਾਹਮਣੇ ਬਾਲ ਬਾਲੀ ਬੜਾ ਕਦੇ ਤਿਆਰ ਪਰ ਤਿਆਰ ਹੈ ਪਰ ਸਾਹਮਣੇ ਕਦੇ ਸਤੀਸ਼ ਹੈ ਮੁਕਾਬਲਾ ਚੋਟੀ ਦਾ ਪੀਲਾ ਤੇ ਦਰੀਲਾ ਹੋਇਆ ਹੈ ਪਰ ਸਾਹਮਣੇ ਅੰਪਾਇਰ ਦਾ ਫੈਸਲਾ ਜਿਹੜਾ ਕਦੇ ਮੰਨਣਾ ਪੈਣਾ ਹੈ ਹਰ ਫੇਰ ਨਵੀਂ ਕਰੀ ਗੱਲਾਂ ਉੱਧਰ ਦੇਖਾਂਗੇ ਸੁੱਖੀ ਕਹਿੰਦੇ ਫੇਰ ਬਾਲ ਕਰ ਲਈ ਵਧੇਗਾ ਲਓ ਦੂਜੇ ਪਾਸੇ ਦੇਖਾਂਗੇ ਉਹ ਕੈਥਣ ਵਾਲਾ ਸਤੀਸ਼ ਲਓ ਬਾਲ ਦਾ ਸੌਂਗਣਾ ਕਰਨ ਲਈ ਤਿਆਰ ਪਰ ਤਿਆਰ ਹੈ ਲਓ ਸੁੱਖੀ ਦੂਜੇ ਪਾਸੇ ਸਤੀਸ਼ ਸਤੀਸ਼ ਤੇ ਸੁੱਖੀ ਸੁੱਖੀ ਤੇ ਸਤੀਸ਼ ਸਤੀਸ਼ ਤੇ ਸੁੱਖੀ ਕਿਆ ਸ਼ਰਤਾਂ ਇੱਕ ਪ੍ਰੀਤ ਭਰਾ ਸਾਡਾ ਕਹਿੰਦਾ ਹੈਪੀ ਗਿੱਲ ਰੱਤੇ ਖੇੜੇ ਵਾਲਾ ਰਾਜੂ ਗਿੱਲ ਭਰਾ ਸਾਡਾ ਰੱਤਾ ਖੇੜਾ ਰਾਜੂ ਗਿੱਲ ਰੱਤਾ ਖੇੜਾ ਉਹਦੇ ਵੱਲੋਂ ਹਰ ਇੱਕ ਸ਼ੰਕਾ ਜਿਹੜਾ ਕਦੇ ਹੈਪੀ ਦਾ 200 ਆਵੇਗਾ ਰਿਵਿਊ ਪਰ ਕੈਚ ਕਦੇ ਡਰਾਪ ਹੋ ਚੁੱਕਾ ਹੈ ਜਿਹੜਾ ਕਦੇ ਬੱਲੀ ਆਉਂਦੀ ਹੈ ਹਰ ਪੈਰੀ ਹੈ ਉਧਰ ਸੁੱਖੀ ਕਹਿੰਦੇ ਫੇਰ ਬਾਲ ਕਰਨ ਲਈ ਵਧੇਗਾ ਲਓ ਦੂਜੇ ਪਾਸੇ ਦੇਖਾਂਗੇ ਨੌਜਵਾਨ ਕਹਿੰਦੇ ਰੱਤੇ ਖੇੜੇ ਵਾਲਾ ਕਹਿੰਦੇ ਨੌਜਵਾਨ ਬਾਲ ਦਾ ਸਾਹਮਣਾ ਕਰਨ ਲਈ ਤਿਆਰ ਪਰ ਤਿਆਰ ਹੈ ਲਓ ਸੁੱਖੀ ਦੀ ਬਾਲ ਹੁਣ ਦੇਖਾਂਗੇ ਚੜ ਚੜ ਕੇ ਬਾਲਾਂ ਪਾ ਰਿਹਾ ਔਰ ਰੱਤੇ ਖੇੜੇ ਵਾਲਿਆ ਉੱਤੇ ਹੋ ਹੋ ਕੇ ਮੁੜਦਾ ਹੈ ਇਹਦਾ ਕੋਈ ਹੱਲ ਕੋਈ ਤੋੜ ਲੱਭਣਾ ਪੈਣਾ ਲਓ ਸੁੱਖੀ ਕਹਿੰਦੇ ਬਸਤਾ ਗੱਡੀ ਵਾਲਾ ਕਹਿੰਦੇ ਬਾਲ ਫੇਰ ਕਰ ਲਈ ਵਧੇਗਾ ਚਿੱਲੀ ਹੱਸਦਾ ਹੈ ਉਹਨੂੰ ਪਤਾ ਹੈ ਕੈਚ ਕਿਹਦਾ ਛੱਡਿਆ ਹੈ ਇਹ ਵੀ ਉਹਨੂੰ ਪਤਾ ਹੈ ਇਹ ਗੱਲ ਪੱਕੀ ਪਰ ਸਾਹਮਣੇ ਬਾਲ ਪੈ ਰਹੀ ਹੈ ਦੂਜੇ ਪਾਸੇ ਪ੍ਰੀਤ ਦਾ ਖੇਡਾ ਸ਼ਾਟ ਹੈ ਫਿਰ ਮਯੂਰ ਆ ਪਰ ਫੈਸਲੇ ਕਦੇ ਬੰਨੇ ਆ ਸਾਨੂੰ ਸਤੀ ਸ਼ਰਮ ਕੈਥਲ ਦੀ ਧਰਤੀ ਦਾ ਹਰਿਆਣੇ ਚੋਂ ਚੱਲ ਕੇ ਸਾਡੇ ਸਰਪੰਚ ਸਾਹਿਬ ਬੈਠੇ ਹੈ ਵੱਡਾ ਮਾਣ ਸਾਡੀ ਜ਼ਿੰਦਗੀ ਦਾ ਔਰ ਬੜਾ ਧੰਨਵਾਦ ਲਓ ਸਾਹਮਣੇ ਬਾਲ ਫੇਰ ਪੈ ਰਹੀ ਹੈ ਉੱਧਰ ਦੇਖਾਂਗੇ ਸੁੱਖੀ ਦੀ ਕਹਿੰਦੇ ਫੇਰ ਬਾਲ ਪੈਣ ਜਾ ਰਹੀ ਹੈ ਦੂਜੇ ਪਾਸੇ ਦੇਖਾਂਗੇ ਹਰਿਆਣੇ ਵਾਲਾ ਹਰਿਆਣੇ ਵਾਲਾ ਹਰਿਆਣੇ ਵਾਲਾ ਹਰਿਆਣੇ ਵਾਲਾ ਹੋ ਬੱਲੇ 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 ਤਾੜੀ ਵਾਲੇ ਨੇ ਬੰਦੇ ਨਾਲ ਦੇਖੋ ਕਿੰਨੀ ਸੋਹਣੀ ਬੈਟਿੰਗ ਕਰ ਰਿਹਾ ਹੈ ਹਰ ਬੱਲੇ ਬੱਲੇ ਕਰਵਾ ਰਿਹਾ ਕੱਲਾ ਬੰਦਾ ਬੰਦ ਮੈਨ ਆਰਮੀ ਦਾ ਕੰਮ ਕਦੇ ਕਰੀ ਜਾਂਦਾ ਹੈ ਧੂੜ ਕੱਢੀ ਜਾਂਦਾ ਬੰਦਾ ਹਰ ਫੈਸਲੇ ਜਿਹੜੇ ਕਦੇ ਬੰਨੇ ਹੁੰਦੇ ਹੈ ਹਰ ਫਿਰ ਸੁੱਖੀ ਦੀ ਹੈ ਸਾਡੇ ਸਤੀਸ਼ ਹੈ ਨਾਮ ਕਦੇ ਬੰਦਾ ਫੈਸਲੇ ਬੰਨੇ ਹੁੰਦੇ ਸੋਹਣੀ ਬਾਲ ਕਿਹੜਾ ਸ਼ਾਟ ਹਰ ਇੱਕ ਸਕੋਰ ਬੰਨੇ ਨੇ ਕਦੇ ਜੋੜ ਦਿੱਤਾ ਹੈ ਤਿੰਨੋਂ ਪਰ ਸਵਾਗਤ ਹੈ ਹੋਣੇ ਸੀ ਇਹਦੀ ਗੱਲ ਪੱਕੀ ਹੈ ਅਗਲੀ ਬਾਲ ਕਹਿੰਦੇ ਖੇਡ ਮੈਦਾਨ ਦੇ ਵਿੱਚ ਕਹਿੰਦੇ ਨੌਜਵਾਨ ਕਹਿੰਦੇ ਜੱਸੀ ਕਰਨ ਲਈ ਵਧੇਗਾ ਲਓ ਦੂਜੇ ਪਾਸੇ ਦੇਖਾਂਗੇ ਹਰਿਆਣੇ ਵਾਲਾ ਕਹਿੰਦੇ ਸਤੀਸ਼ ਕਹਿੰਦੇ ਬਾਲ ਦਾ ਸਾਹਮਣਾ ਕਰਨ ਲਈ ਤਿਆਰ ਪਰ ਤਿਆਰ ਲਓ ਜੱਸੀ ਦੀ ਬਾਲ ਸਾਹਮਣੇ ਹਰਿਆਣੇ ਵਾਲਾ ਚੰਦਰਿਆ ਕੀ ਕਰਤਾ ਹੁਣ ਫੇਰ ਦੋ ਉਧਰ ਦੇਖਾਂਗੇ ਦੋ
ਰਣ ਦੇ ਜਿਹੜੇ ਵਾਧੇ ਹੋ ਗਏ ਆ ਸਾਹਮਣੇ ਬਾਲ ਬਾਲੇ ਬਣਾ ਕੇ ਫਿਰ ਪਿਆਰ ਪ੍ਰਚਾਰ ਹੈ ਫੰਡਾ ਮੈਚ ਆ ਵੱਡੀ ਟੀਮਾਂ ਨੇ ਚੁੱਕੀ ਦੇ ਖਿਡਾਰੀ ਆਏ ਅਗਲੀ ਬਾਲ ਜੱਸੀ ਦੀ ਸਾਹਮਣੇ ਸਤੀਸ਼ ਆਓ ਸਾਹਮਣੇ ਸਾਹਮਣੇ ਬਾਲ ਬਾਹਰ ਦਾ ਫੈਸਲਾ ਜਿਹੜਾ ਕਦੇ ਹੋ ਚੁੱਕਾ ਮੇਰੇ ਵੀਰੋ ਹਾਂਜੀ ਬਾਲ ਬਾਹਰ ਹੋ ਚੁੱਕੀ ਹੈ ਉਧਰ ਦੇਖਾਂਗੇ ਫੈਸਲੇ ਜਿਹੜੇ ਪੈਰ ਵੱਲੋਂ ਹੋ ਗਿਆ ਅਗਲੀ ਬਾਲ ਕਦੇ ਜੱਸੀ ਫੇਰ ਕਰਨ ਲਈ ਵਧੇਗਾ ਦੂਜੇ ਪਾਸੇ ਦੇਖਾਂਗੇ ਕੈਥਲ ਵਾਲਾ ਉਹ ਬੱਲੇ 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 ਉਹ ਦੇਖਾਂਗੇ ਛੱਕਾ ਜਿਹੜਾ ਫੇਰ ਵੱਜ ਗਿਆ ਹਰਿਆਣੇ ਵਾਲਾ ਕਹਿੰਦੇ ਆਹ ਲੋਟ ਨੀ ਆਇਆ ਲੋਟ ਨੀ ਆਇਆ ਫੈਸਲਾ ਦੱਸੋ ਜੀ ਕੀ ਫੈਸਲਾ ਹੈ ਪਿਆਰ ਨਾਲ ਪਿਆਰ ਨਾਲ ਅਸੀਂ ਇਹ ਵਿਚਾਰ ਕਰੀ ਚੱਲੋ ਸ਼ੇਅਰ ਵੀਰੇ ਪੇਜ ਲਾਈਕ ਫੋਲੋ ਨਹੀਂ ਕੀਤਾ ਪੇਜ ਜ਼ਰੂਰ ਲਾਈਕ ਫੋਲੋ ਕਰ ਲਓ ਕਿੱਥੇ ਫੋਨ ਪਿਆ ਛੇ ਸਕੋਰ ਦੇ ਵਾਧੇ ਕਹਿੰਦੇ ਕਈ ਵਾਲੇ ਨੇ ਕਰ ਦਿੱਤੇ ਹੈ ਅਗਲੀ ਬਾਲ ਕਹਿੰਦੇ ਫਿਰ ਖੇਡ ਮੈਦਾਨ ਦੇ ਵਿੱਚ ਜੱਸੀ ਦੀ ਪੈਣ ਜਾ ਰਹੀ ਹੈ ਸਾਹਮਣੇ ਬਾਲ ਪਾਲੀ ਬੜਾ ਪਿਆਰ ਹੈ ਸਾਨੂੰ ਸਤੀਸ਼ ਮੁੰਡਾ ਬੱਲੇ ਬੱਲੇ ਕਰਵਾ ਰਿਹਾ ਹੈ ਬਾਲ ਪੈ ਰਹੀ ਆ ਇੱਥੇ ਰੱਖ ਇੱਥੇ ਰੱਖ ਪਰ ਅੱਜ ਗਰਦਿਆਲ ਨੀ ਅੱਜ ਗਰਦਿਆਲ ਨੀ ਅੱਜ ਇਹ ਨੀ ਫੜਦਾ ਚਾਰ ਸਕੋਰ ਹੋ ਪਰ ਸਾਹਮਣਾ ਦੱਸੋ ਜੀ ਬਾਈ ਦੇ ਗਾਲੇ ਭਾਈ ਤਾਲੀ ਮਾਰੋ ਸਤੀਸ਼ ਦਾ ਨਜ਼ਾਰੇ ਕਰੀ ਜ਼ੋਰਦਾਰ ਦੇਖੋ ਮੁੰਡਾ ਕਿੰਨਾ ਸੋਹਣਾ ਖੇਡਿਆ ਕਿੰਨੀ ਸੋਹਣੀ ਬੈਟਿੰਗ ਕੀਤੀ ਹੈ ਦੱਸੋ ਜੀ ਤਰੇਡ ਕਰਨ ਥੋੜੀ ਵਰਜੀ ਹੈ
ਤ੍ਰੇਡ ਦਾ ਟਾਰਗੇਟ ਆ ਬੋਲ ਤੇ ਭੰਗੜਾ ਪਈਆ ਸਿਰਾਇਆ ਨਾਲ ਜੈਲਾ ਸਾਡਾ ਵੀਰ ਹੈ ਤੇ ਨਾਲ ਦੇਖਾਂਗੇ ਖੇਤੀ ਵੀ ਹੈ ਨਾਲ ਕਦੇ ਵਰਿੰਦਰ ਸਿੰਘ ਨਾਗਵਾਲ ਆ ਦੇਖਾਂਗੇ ਬ੍ਰਾਵੋ ਫ੍ਰੈਂਡਸ ਕ੍ਰਿਕਟ ਕਲੱਬ ਦੇ ਲਈ ਪੱਕੇ ਤੌਰ ਤੇ ਖੇਡਦੇ ਆ ਬਾਕੀ ਗੱਲਾਂ ਕਦੇ ਹੁੰਦੀਆਂ ਬਾਲਾ ਉਦੋਂ ਬਾਲਾ ਮੇਰੀ ਫੇਰਦੀ ਕੋਚ ਸਾਹਿਬ ਸਮਝਾਉਣ ਲਓ ਮੁੰਡਿਆਂ ਨੂੰ ਮੈਨੂੰ ਗੱਲ ਹੋਰ ਹੁੰਦੀ ਲੱਗਦੀ ਹੁਣ ਆਹ ਗੱਲਾਂ ਕਦੇ ਹੁੰਦੀਆਂ ਸੋਨੂੰ ਭੱਟੀ ਖੜਾ ਢਾਕਾ ਤੇ ਹੱਥ ਰੱਖੇ ਹੋਈ ਸੋਚੀ ਜਾਂਦਾ ਹੁਣ ਅੱਗੇ ਬੰਨਾ ਤੇ ਬੰਨਾ ਕੀ ਹੈ ਆਹ ਪਹਿਲੋ ਬਾਪਣ ਵਾਲੇ ਪ੍ਰੀਤ ਨੇ ਬਾਲਾ 14 ਰੋਕ ਲਏ 15 ਹੁਣ ਕਿਹੜੇ ਰੋਕ ਰਹੇ ਹੈ ਹਰ ਗੱਲਾਂ ਹੋ ਗਈਆਂ ਜੰਮੂ ਸਪੈਨਾ ਸੋਨਾ ਭੁਜੇ ਪੈਰ ਨਹੀਂ ਲੱਗਿਆ ਉਹਨੂੰ ਵੀ ਪਤਾ ਬਲੀ ਤੇ ਬਲੀ ਕੀ ਜਾਂਦਾ ਕਰ ਦਿੱਤਾ ਵੀਰ ਸਾਡਾ ਹਰ ਕਦੇ ਪ੍ਰੀਤ ਵਰਗੇ ਭਾ ਮੈਨੇਜਰ ਹੋਣੀ ਮੈਂ ਸ਼ੁਰੂ ਨਾਲ ਹੀ ਖੇਡਦੀ ਹੈ ਚਲੋ ਜੀ ਚਲੋ ਜੀ ਡਾਕਟਰ ਸਾਹਿਬ ਸਾਰੇ 58 ਸਤੀਸ਼ ਦੇ ਵਾਹ ਨੌਜਵਾਨਾਂ ਬੜਾ ਕਮਾਲ ਕਰ ਗਿਆ ਸਾਹਮਣੇ ਪਹਿਲੀ ਵਾਰ ਵਾਲੀ ਸਤੀਸ਼ ਕਦੇ ਤਿਆਰ ਪਰ ਤਿਆਰ ਹੈ ਵੇਖਦੇ ਹੋ ਦੂਜੇ ਪਾਸੇ ਸ਼ੰਗ ਦੀ ਧਰਤੀ ਹੈ ਬੜੀ ਨਾਮ ਹੈ ਹਰ ਬੰਦਾ ਬਾਲਾ ਸਾਡੀ ਖੇਡਦਾ ਆਇਓ ਆਪਾਂ ਪਾਣੀ ਮਾਰੋ ਮੁੰਡਿਆਂ ਦੇ ਯਾਰ ਜ਼ੋਰਦਾਰ ਚੀਕੂ ਚੀਕੂ ਕਰਦੀ ਜੁੱਤੀ ਲੋਕ ਠਾਲਦੀ ਢੇਰੀ ਵੇ ਯਾਰ ਘਰ ਵਾਂਗੂ ਪੈਰ ਖੇਡਦੀ ਅੱਖ ਚੋਬਰਾ ਮੇਰੀ ਵੇ
ਬੰਦੇ ਪਹਿਲੀ ਵਾਰ ਤੇ ਪਹਿਲੀ ਕਦੇ ਯਾਰ ਕਰ ਰੱਖਦਾ ਹੀ ਹੈ, ਹਰ ਬੜਾ ਕਮਾਲ ਕਰ ਰਿਹਾ ਹੈ। ਅਗਲੀ ਵਾਰ ਪਾਲੀ ਬੜਾ ਫੇਰ ਕਦੇ ਤਿਆਰ ਹੈ, ਦੂਜੇ ਪਾਸੇ ਕਿੰਨਾ ਸ਼ਾਨ ਫਿਰ ਮਯੂਰ, ਪਰ ਗਲਤੀ 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 ਵੱਡੀ ਹਰ ਚਾਰ ਹਰੀ ਕਰੀ ਵਾਲਾ ਜਵਾਨਾ ਲਓ ਦੇਖਾਂਗੇ ਚਾਰ ਸਕੋਰ ਦੇ ਬਾਅਦ ਉਧਰ ਸ਼ਾਨਾ ਖੁਦ ਵਾਲੇ ਕਹਿੰਦੇ ਬਲਿਖੇ ਨੇ ਕਰ ਦਿੱਤੇ ਹੈ। ਅਗਲੀ ਵਾਰ ਕਹਿੰਦੇ ਸਤੀਸ਼ ਕਈ ਖੜੀ ਧਰਤੀ ਦਾ ਕਹਿੰਦੇ ਮੁੰਡਾ ਹਰਿਆਣੇ ਵਾਲਾ ਉਹ ਬਾਅਦ ਟੋਟਲ ਬਣੇ ਹੈ ਤੇ ਖਵੱਜਾ ਕਹਿੰਦੇ ਲਈ ਹੈ ਫੇਰ ਜੋੜ ਦਿੱਤੇ ਹੈ। ਇਹ ਕਲਕੱਤੇ ਵੀ ਤਗੜਾ ਖੇਡਿਆ ਹੈ, ਪੰਜਾਬ ਵੀ ਕਹਿੰਦੇ ਤਗੜਾ ਖੇਡਦਾ ਹੈ, ਹਲਾ ਕਹਿੰਦੇ ਹੁੰਦੀ ਹੈ, ਪਰ ਜਿਹੜਾ ਪਾਲਾ ਪਾਉਂਦਾ ਹੈ ਇਹਦੇ ਕੋਲ ਆਲ ਇੰਡੀਆ ਲਾਇਸੈਂਸ ਹੈ ਕਿ ਆਲ ਇੰਡੀਆ ਲਾਇਸੈਂਸ ਮੇਰੇ ਯਾਰ ਕੋਲ ਆਖਦੀ ਸ਼ਮੀਰ ਯਾਰ ਨੂੰ ਹਾਊ ਸਾਹਮਣੇ ਗੱਲਾਂ ਮੇਰੀ ਅਕਲ ਹੁੰਦੀ ਹੈ ਮੇਰੇ ਵੱਡਾ ਅਕਲ ਆ ਗਿਆ ਤਗੜਾ ਹੈਗਾ ਹਾਊ ਸਾਹਮਣੇ ਦੂਜੇ ਪਾਸੇ ਬਚਾਰਾ ਚੋਟੀ ਦਾ ਉਧਰ ਦੇਖਾਂਗੇ ਸਤੀਸ਼ ਦੀ ਬਾਲ ਪੈਣ ਜਾ ਰਹੀ ਹੈ, ਦੂਜੇ ਪਾਸੇ ਦੇਖਾਂਗੇ ਮਲਿੰਗਾ ਕਹਿੰਦੇ ਸ਼ਾਂਗਾ ਖੁਰਦ ਵਾਲਾ ਸਾਹਮਣਾ ਕਰਨ ਲਈ ਤਿਆਰ ਪਰ ਤਿਆਰ। ਆਓ ਦੇਖੋ ਇਹ ਟੌਪ ਦੀ ਬਾਲ ਉਧਰ ਸਤੀਸ਼ ਜਿਹੜੇ ਕੈਥਲ ਵਾਲੇ ਨੇ ਕਰ ਦਿੱਤੀ ਹੈ, ਉਹਨੇ ਸਨਮਾਨ ਜਿਹੜਾ ਸ਼ਾਂਗੇ ਵਾਲੇ ਮਲਿੰਗੇ ਨੇ ਕਰ ਦਿੱਤਾ ਹੈ ਉਹ ਦੇਖਾਂਗੇ ਚੰਗੀ ਬਾਲ ਦੀ ਰਿਸਪੈਕਟ ਕੀਤੀ ਹੈ। ਅਗਲੀ ਬਾਲ ਕਹਿੰਦੇ ਫਿਰ ਖੇਡ ਮੈਦਾਨ ਹੋਵੇਗਾ ਦੂਜੇ ਪਾਸੇ ਦੇਖਾਂਗੇ ਸੁਖੀ ਆ ਗਿਆ ਜਿਹੜੇ ਹੁਣ ਬਾਲ ਦਾ ਸਾਹਮਣਾ ਕਰਨਾ ਹੈ। ਲਓ ਸਤੀਸ਼ ਦੀ ਬਾਲ ਪੈਣ ਜਾ ਰਹੀ ਹੈ, ਦੂਜੇ ਪਾਸੇ ਦੇਖਾਂਗੇ ਸੁਖੀ ਕਹਿੰਦੇ ਬਾਲ ਦਾ ਸਾਹਮਣਾ ਕਰਨ ਲਈ ਤਿਆਰ ਪਰ ਤਿਆਰ ਹੈ। ਲਓ ਉਧਰ ਦੇਖਾਂਗੇ ਜਿਨ੍ਹਾਂ ਨੇ ਪੇਜ ਲਾਈਕ ਫੋਲੋ ਕੀਤਾ ਪੇਜ ਜ਼ਰੂਰ ਲਾਈਕ ਫੋਲੋ ਕਰ ਲਓ ਸਾਰੇ ਜਿੰਨੇ ਭਰਾ ਲਾਈਵ ਦੇਖ ਰਹੇ ਆ। ਉਧਰ ਦੇਖਾਂਗੇ ਅਗਲੇ ਓਵਰ ਦੀ ਸ਼ੁਰੂਆਤ ਕਹਿੰਦੇ ਹੈਪੀ ਕਰਨ ਲਈ ਤਿਆਰ ਪਰ ਤਿਆਰ ਮੇਰੇ ਵੀਰਿਓ। ਲਓ ਦੂਜੇ ਪਾਸੇ ਦੇਖਾਂਗੇ ਸ਼ਾਂਗਾ ਖੁਰਦ ਵਾਲਾ ਕਹਿੰਦੇ ਮਲਿੰਗਾ ਬਾਲ ਦਾ ਸਾਹਮਣਾ ਕਰਨ ਲਈ ਤਿਆਰ ਪਰ ਤਿਆਰ ਮੇਰੇ ਵੀਰਿਓ। ਉਹ ਦੇਖਾਂਗੇ ਆ ਨੌ ਬਣ ਗਏ ਹੈ ਤੇ ਜਿਹੜੇ ਟਰੇਡ ਕਰਨੇ ਹੈ ਤੇ ਕਿਸੇ ਗੱਲ ਕਰਕੇ ਬੰਦੇ ਹੈ, ਇਹ ਵੀ ਗੱਲ ਪੱਕੀ ਹੈ। ਅਗਲੀ ਬਾਲ ਕਹਿੰਦੇ ਫਿਰ ਖੇਡ ਮੈਦਾਨ ਦੇ ਵਿੱਚ ਪੈਣ ਜਾ ਰਹੀ ਹੈ। ਲੱਭੜੇ ਲਾਲ ਗਵਾਚੇ ਜਿਹਨਾਂ ਦਾ ਨਹੀਂ ਲੱਭੜੇ ਉਸ ਵਿੱਚ ਜਵਾਨੀ ਤੀਜਾ ਮਾਪੇ ਉਹ ਸਾਹਮਣੇ ਬਾਹਰ ਉਹ ਸਾਹਮਣੇ ਪੱਲੇ 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 ਆਓ ਦੇਖਾਂਗੇ ਰਣ ਜਿਹੜੇ ਛੇ ਜੋੜ ਦਿੱਤੇ ਹੈ। ਆ ਪਿਛਲੇ ਸਾਲ ਦਾ ਸ਼ਾਂਗਾ ਖੁਰਦ ਵਾਲਾ ਇਸ ਟੂਰਨਾਮੈਂਟ ਤੋਂ ਬੈਸਟ ਰਿਹਾ ਹੈ।
ਉਹਨੇ ਦੱਸ ਦਿੱਤਾ ਆ ਬੈਠ ਰਿਹਾ ਤੇ ਕਿਸੇ ਗੱਲ ਕਰਕੇ ਰਿਹਾ ਹੈਪੀ ਦੀ ਬਾਲ ਲਓ ਸ਼ਾਨਾ ਗੁੱਟ ਵਾਲਾ ਲਓ ਬੱਲੇ 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 ਜੀ ਜਾ ਜੀ ਜਾ ਜੀ ਜਾ ਲਗਾਤਾਰ ਅਨੂ ਸਰਪੰਚ ਦੇਖ ਰਿਹਾ ਤੀਜਾ ਛੱਕਾ ਬੜਾ ਲਗਾਤਾਰ ਖਾ ਗਿਆ ਹਰ ਗਲਤ ਘੜੀ ਲੱਗੀ ਹੈ ਪਰ ਸਾਹਮਣੇ ਬਾਲ ਫੇਰ ਹੈ ਛਾਂਗੇ ਵਾਲਾ ਮੁੰਡਾ ਧੂੜ ਕੱਢੀ ਆਉਂਦਾ ਹੈ ਅੱਜ ਮਸਤਾ ਕੱਢੀ ਦੀ ਉਹਦਾ ਵੱਡਾ ਹਿੱਸਾ ਬਣਿਆ ਹੈ ਬੜਾ ਕਮਾਲ ਕਰੀ ਜਾਂਦਾ ਹੈ ਹੋ ਸਾਹਮਣੇ ਬਾਲ ਚਾਰ 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 ਤਾੜੀਆਂ ਦੇ ਮਾਰੋ ਮੁੰਡੇ ਨਾਲ ਦੇ ਬਈ ਕਹਿ ਕੇ ਬਰਾਈਆਂ ਤਾਂ ਕੀ ਬਰਾਈਆਂ ਤਾੜੀਆਂ ਆਪੇ ਹੀ ਮਾਰ ਦੇ ਚਾਰ ਛੱਕੇ ਲਗਾਤਾਰ ਮਿੱਤਰ ਆਸਟ੍ਰੇਲੀਆ ਕਹਿੰਦਾ ਛਾਂਗਲਾ ਛੇ ਮਾਰ ਦੇ 2100 ਮਿੱਤਰ 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 ਪੰਜ ਵੱਜ ਗਏ ਸਵਾਗ ਵਜਾ ਹੈ ਆਸਟ੍ਰੇਲੀਆ ਕਹਿੰਦਾ ਸਵਾਗ ਵਜਾ ਹੈ ਦੱਸੋ ਜੀ ਚਾਰ ਵੀਹ ਰਹਿ ਗਏ ਵੀਰੇ ਹਾਂ 43 ਬਣ ਗਏ ਮਿੱਤਰ ਆਸਟ੍ਰੇਲੀਆ 20 ਰਸਾਂ ਲੰਗੇ ਦੀ ਬੈਟਿੰਗ ਦੱਸੋ ਵੀਰੇ ਕਿਵੇਂ ਲੱਗੀ ਹਸਰੇ ਹੋਦੇ 12 ਬਾਲਾਂ 20 ਰਹਿ ਗਏ ਹੋਦੇ ਦੇਖਾਂਗੇ 12 ਬਾਲਾਂ ਤੇ 20 12 ਬਾਲਾਂ ਤੇ 20 ਸਕੋਰ ਬਾਕੀ ਹੈ ਲਓ ਸੱਤੂ ਦੀ ਬਾਲ ਕਦੇ ਖੇਡ ਮੈਦਾਨ ਦੇ ਵਿੱਚ ਪੈ ਜਾ ਰਹੀ ਹੈ ਦੂਜੇ ਪਾਸੇ ਦੇਖਾਂਗੇ ਸੁੱਖੀ ਕਹਿੰਦੇ ਮਸਤਾ ਗੱਡੀ ਦੀ ਧਰਤੀ ਦਾ ਕਹਿੰਦੇ ਬਾਲ ਦਾ ਸਾਹਮਣਾ ਕਰਨ ਲਈ ਤਿਆਰ ਪਰ ਤਿਆਰ ਮੇਰੇ ਵੀਰੋ ਲਓ 12 ਬਾਲਾਂ ਤੇ ਜਿਹੜੇ 20 ਸਕੋਰ ਬਾਕੀ ਹੈ ਲਓ ਸੱਤੂ ਦੀ ਬਾਲ ਕਹਿੰਦੇ ਖੇਡ ਸਾਹਮਣੇ ਬਾਲ ਬਾਲੀ ਬੜਾ ਤਾਰ ਫੈਸਲੇ ਬੰਦੇ ਬਾਲ ਬਾਲੀ ਬੜਾ ਫਾਬਾ ਇੱਥੇ ਵੇਖੋ ਉਧਰ ਦੇਖਾਂਗੇ ਜਿਹੜਾ ਬਾਕੀ ਹੈ ਅਗਲੀ ਬਾਲ ਕਹਿੰਦੇ ਖੇਡ ਮੈਦਾਨ ਦੇ ਵਿੱਚ ਕਹਿੰਦੇ ਸੱਤੂ ਕਰਨ ਲਈ ਤਿਆਰ ਪਰ ਤਿਆਰ ਹੈ ਲਓ ਦੂਜੇ ਪਾਸੇ ਦੇਖਾਂਗੇ ਛਾਂਗੇ ਗੁਰਦੁਆਰਾ ਕਹਿੰਦੇ ਮਲਿਕਾ ਸਾਹਮਣਾ ਕਰਨ ਲਈ ਤਿਆਰ ਪਰ ਤਿਆਰ ਮੇਰੇ ਵੀਰੋ ਲਓ ਅਗਲੀ ਬਾਲ ਤੇ ਬੱਲੇ 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 ਬੈਟਿੰਗ ਦੇ ਮਾਰੋ ਮੁੰਡੇ ਨਾਲ ਦੇ ਜ਼ੋਰਦਾਰ ਕਰਕੇ ਦੱਸੋ ਵੀਰੇ ਮਲਿੰਗੇ ਛਾਂਗੇ ਗੁਰ ਦੀ ਬੈਟਿੰਗ ਸਿਰਾ ਕਰਾ ਗਿਆ ਵੀਰੇ ਦੱਸੋ ਵੀ ਲੋਹਣੀ ਤੋੜੀ ਬੈਟਿੰਗ ਕਰਦੀ ਵੀਰੇ ਮਲਿੰਗੇ ਦੀ 50 ਹੋ ਗਈ ਤਾੜੀ ਮਾਰ ਦੇ ਆਸਟ੍ਰੇਲੀਆ ਵਾਲਾ ਮਾਰ ਕਰਦਾ ਆਸਟ੍ਰੇਲੀਆ ਵਾਲਾ ਮਾਰ ਕਰਦਾ
ਖਾਲਸਾ ਵਾਹਿਗੁਰੂ ਜੀ ਕੀ।